रात तकरीबन 10 बजे के करीब हिमाचल प्रदेश की सरकारी बस के ड्राइवर नू जो कि शराबी हालत विच होण करके बस नू सड़क विच कार घुमाउंदा आ रहा सी नू रोक के लोकां ने नसराला पुलिस चौंकी के मुलाजमां हवाले किया है। रात के हनेरे विच लाइटां बंद होण करके हुशियारपुर तो नसराला जलंधर वाल आ रही बस नू देखदियां होर वाहन चालक लोगों ने कोई हादसा वापरन के डरों अपने आप नू बचाउंदियां ड्राइवर नू रुकण नहीं कहा पर उस वल्लों ना रुकण ते अचानक अड्डा समराला विखे जाम होण करके इस बस नू रोक लिया गया। मौके ते मौजूद लोगों ने ड्राइवर नू पुलिस चौंकी नसराला ते इंचार्ज ASI सुखविंदर सिंह दे हवाले कर दिता है। हाँ जी हाँ जी, मैं हुशियारपुर तो आता सीगा जी, HP बस हिमाचल दी ते बस नू इदां दे करके चलाउंदा पिया सी, इहनू मैं रोकण की बड़ी कोशिश की पर रुके नहीं। एक मुंडा मेरे नाल होर सीगा ते इस करके फिर असी अपना नसराला पुल टप के इहदी बस रुकाई आ, इहनू थले प्यार नाल लाया, फिर पुलिस नू सूचित किया, फिर पुलिस आई, ਫੇ ਪੁਲਿਸ ਆ ਕੇ ਤੇ ਇਹਨਾਂ ਦੀ ਗੱਡੀ ਚੌਂਕੀ ਵਿੱਚ ਅਸੀਂ ਲਵਾਈ। ਤੁਸੀਂ ਕਿੱਥੋਂ ਆਏ ਸੀ? ਅਸੀਂ ਹੁਸ਼ਿਆਰਪੁਰ ਤੋਂ ਆਉਂਦੇ ਸੀਗੇ ਜੀ। ਅੱਛਾ ਹਾਂਜੀ, ਤੇ ਤੁਹਾਨੂੰ ਕਿੱਦਾਂ ਪਤਾ ਲੱਗਾ ਪੇ ਬਸ? ਮੈਂ ਭਾਜੀ ਇਹ ਮੋਟਰਸਾਈਕਲ ਦੇ ਮਗਰ ਸੀਗਾ, ਇਹ ਗੱਡੀ ਮੋਟਰਸਾਈਕਲ ਤੇ ਸੀਗਾ, ਇਹ ਗੱਡੀ ਦੇ ਮਗਰ ਆਉਂਦਾ ਪਿਆ ਸੀਗਾ। ਪਹਿਲਾਂ ਮੈਂ ਅੱਗੇ ਨਿਕਲੇ ਆ, ਮੈਂ ਕਿਹਾ ਚਲੋ ਕਿਸੇ ਦੀ ਜਾਨ ਬਚ ਜੂਗੀ, ਤਾਂ ਕਰਕੇ ਮੈਂ ਇਹਨੂੰ ਫਿਰ ਅੱਗੇ ਰੋਕਿਆ। ਦੋ ਚਾਰ ਮੁੰਡੇ ਹੋਰ ਸੀਗੇ ਮੇਰੇ ਨਾਲ ਗੱਡੀਆਂ ਲੈ ਕੇ ਆਉਂਦੇ ਪਏ ਸੀਗੇ, ਤੇ ਉਹਨਾਂ ਨੂੰ ਮੈਂ ਕਿਹਾ ਭਾਜੀ ਇਹਨੂੰ ਰੋਕੋ, ਇਹਦਾ ਆਪ ਮਰੇ ਨੇ, ਲਾਕੀ ਲੋਕਾਂ ਨੂੰ ਮਾਰ ਦੇਣਾ ਆ। ਹਾਂਜੀ ਹਾਂਜੀ। ਕਿੰਨੀਆਂ ਸਵਾਰੀਆਂ? ਕਿੰਨੀਆਂ ਸਵਾਰੀ? ਕੋਈ ਨਹੀਂ ਸੀਗੀ ਵਿੱਚ, ਕੱਲਾ ਡਰਾਈਵਰ ਹੀ ਸੀਗਾ ਜੀ। ਲੈਟਾ ਗੱਡੀ ਦੀਆਂ ਬੰਦ ਆਉਂਦੀਆਂ ਪੈਣੀਆਂ ਸੀ, ਕਦੀ ਗੱਡੀ ਇੱਧਰ ਨੂੰ ਚੜਾਵੇ, ਕਦੀ ਐ ਨੂੰ ਚੜਾਵੇ। ਤੇ ਤੁਸੀਂ ਹੁਸ਼ਿਆਰਪੁਰ ਤੋਂ ਇੱਧਰ ਕਿੱਧਰ ਨੂੰ ਆ ਰਹੇ ਸੀ? ਮੈਂ ਆਪਣੇ ਪਿੰਡ ਨੂੰ ਆ ਰਿਹਾ ਸੀਗਾ ਜੀ। ਕਿਹੜਾ ਪਿੰਡ ਆਪਣਾ? ਮੇਰਾ ਪਿੰਡ ਰੈਸੀ ਵਾਲਾ ਜੀ। ਠੀਕ ਹੈ ਜੀ। ਤੇ ਹੁਣ ਇਹ ਡਰਾਈਵਰ ਨੂੰ ਜਿਹੜਾ ਆ ਇਹ ਕਿੱਦਾਂ ਤੁਸੀਂ ਆ ਕੇ ਪੁਲਿਸ ਨੂੰ ਤੁਸੀਂ ਆ ਕੇ ਸੂਚਿਤ ਕੀਤਾ ਜਾਂ ਕਿੱਦਾਂ ਹੋਈ ਆ? ਸੂਚਿਤ ਹਾਂਜੀ ਮੈਂ ਹੀ ਕੀਤਾ, ਭਾਜੀ ਹੁਣੀ ਹੋਰ ਸੀਗੇ ਨਾਲ, ਉਹਨੇ ਫੋਨ ਕੀਤਾ। ਅੱਛਾ ਹਾਂਜੀ। ਫਿਰ ਉਹ ਪੁਲਿਸ ਆਈ ਆ, ਪੁਲਿਸ ਨੇ ਆ ਕੇ ਆਪਣੀ ਕਾਰਵਾਈ ਕੀਤੀ, ਫਿਰ ਇਹਨਾਂ ਦੀ ਬੱਸ ਇੱਥੇ ਖੜੀ ਕੀਤੀ ਆ ਲਿਆ ਕੇ ਮੜਿਆਲੀ। ਹਾਂਜੀ ਸਾਰੇ, ਜਿਹੜੀ ਘਟਨਾ ਘਟੀ ਆ ਇਹ ਕੀ ਕਾਰਨ ਹੋਇਆ ਜੀ, ਕੀ ਤੁਹਾਨੂੰ ਕਿਦਾਂ ਪਤਾ ਲੱਗਾ? ਸਰਾਲੇ ਅੱਡੇ ਦੇ ਵਿੱਚੋਂ ਕੋਈ ਬੱਸ ਲੰਘੀ ਆ, ਸ਼ਰਾਬੀ ਹਾਲਤ ਦੇ ਵਿੱਚ ਡਰਾਈਵਰ ਸੀਗਾ, ਹਿਮਾਚਲ ਪ੍ਰਦੇਸ਼ ਦੀ ਬੱਸ ਆ। ਅੱਛਾ ਜੀ। ਤੇ ਉਹ ਗਾਂ ਜਾ ਕੇ ਪਬਲਿਕ ਨੇ ਰੋਕੀ ਆ, ਤੇ ਉਸ ਤੋਂ ਬਾਅਦ ਸਾਨੂੰ ਫੋਨ ਜਦੋਂ ਆਇਆ ਕੰਟਰੋਲ ਤੋਂ, ਅਸੀਂ ਗਏ ਆ ਤੇ ਉਹ ਡਰਾਈਵਰ ਦੀ ਬੱਸ ਪਾਸੇ ਲਵਾਤੀ, ਤੇ ਉਹਦਾ ਹੁਣ ਮੁਲਾਜ਼ਾ ਕਰਾਵਾਂਗੇ। ਠੀਕ ਹੈ। ਸਵੇਰ ਨੂੰ ਬਾਕੀ ਜੋ ਬਣਦੀ ਕਾਨੂੰਨੀ ਕਾਰਵਾਈ ਜਿਹੜੀ ਦੇਖ। ਇਹਦੇ 'ਚ ਸਵਾਰੀਆਂ ਕਿੰਨੀ ਸੀ ਬੱਸ 'ਚ? ਬੱਸ 'ਚ ਸਵਾਰੀ ਹੈ ਨਹੀਂ ਸੀ ਕੋਈ ਵੀ, ਖਾਲੀ ਬੱਸ ਆ, ਪਰ ਡਰਾਈਵਰ ਸ਼ਰਾਬੀ ਹੋਇਆ, ਦੱਸਦਾ ਨਹੀਂ ਕਿੱਥੋਂ ਆਇਆ, ਕਿੱਥੇ ਨੂੰ ਜਾਣਾ, ਕਿੱਥੇ ਨਾ ਜਾ ਰਿਹਾ, ਤੇ ਨਾ ਹੀ ਆਪਣਾ ਨਾਮ ਨੂੰ ਦੱਸਦਾ ਵੀ ਮੇਰਾ ਨਾਮ ਕਿਆ, ਮੈਂ ਕਿਹੜਾ, ਮੇਰਾ ਪਿੰਡ ਆ, ਕੁਛ ਨਹੀਂ ਦੱਸਿਆ। ਤੇ ਨਾਲ ਕੰਡਕਟਰ? ਕੰਡਕਟਰ ਹੈ ਨਹੀਂ ਗਾ, ਇਕੱਲਾ ਹੀ ਡਰਾਈਵਰ ਹੀ। ਤੇਰੀ ਹੁਣ ਆਪਾਂ ਕੀ ਕਾਰਵਾਈ ਕਰਾਂਗੇ ਜੀ? ਪਹਿਲਾਂ ਤਾਂ ਇਹਦਾ ਹੁਣ ਮੁਲਾਜ਼ਾ ਕਰਾਵਾਂਗੇ, ਪੁੱਛਾਂਗੇ ਡਾਕਟਰ ਸਾਹਿਬ ਨੇ ਸ਼ਰਾਬ ਕਿੰਨੀ ਪੀਤੀ ਹੈ, ਉਸ ਤੋਂ ਬਾਅਦ ਸਵੇਰੇ ਫਿਰ ਦੇਖਦੇ ਹਾਂ ਕਿਆ ਬਣਦਾ ਜੀ। ਜੋ ਅਫਸਰ ਕਹਿਣਗੇ ਉਹ ਨਾਲ ਕਰ ਦਿਓ। ਮੈਂ ਨਸਰਾਲੇ ਤੋਂ ਸਤਵੰਤ ਸਿੰਘ ਥਿਆੜਾ ਦੀ ਵਿਸ਼ੇਸ਼ ਰਿਪੋਰਟ। ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ। ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ। ਫੇਸਬੁੱਕ ਦੇ ਉੱਤੇ ਹੁਣੇ ਲਾਈਕ ਤੇ ਫੋਲੋ ਕਰੋ ਅਜੀਤ ਦਾ ਆਫੀਸ਼ੀਅਲ ਪੇਜ ਡੇਲੀ ਅਜੀਤ, ਤੇ ਹਾਂ ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ। ਇੰਨਾ ਹੀ ਨਹੀਂ, ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਅਜੀਤ ਸਮਾਚਾਰ ਹਿੰਦੀ। ਯੂਟਿਊਬ ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਅਜੀਤ ਦਾ ਆਫੀਸ਼ੀਅਲ ਯੂਟਿਊਬ ਚੈਨਲ ਅਜੀਤ ਵੈਬ TV। ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਤੇ ਇੰਸਟਾਗ੍ਰਾਮ ਦੇ ਉੱਤੇ ਵੀ ਉਪਲਬਧ ਹੈ। ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ, ਤੇ ਇੰਸਟਾਗ੍ਰਾਮ ਦੇ ਉੱਤੇ ਖਬਰਾਂ ਦੇ ਨਾਲ ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿਕ ਵਾਲਾ ਸਾਡਾ ਆਫੀਸ਼ੀਅਲ ਚੈਨਲ ਡੇਲੀ ਅਜੀਤ। ਇੰਨਾ ਹੀ ਨਹੀਂ, ਅਜੀਤ ਦੇ ਵੀਡੀਓ ਹੁਣ ਤੁਸੀਂ ਐਪਲ TV ਦੇ ਉੱਤੇ ਵੀ ਵੇਖ ਸਕਦੇ ਹੋ, ਤੇ ਨਾਲ ਹੀ ਅਜੀਤ ਅਖਬਾਰ ਦਾ ਡਿਜੀਟਲ ਐਡੀਸ਼ਨ ਪੜ੍ਹਨ ਦੇ ਲਈ ਡਾਊਨਲੋਡ ਕਰੋ ਅਜੀਤ ਈ-ਪੇਪਰ ਐਪ। ਤੁਹਾਡਾ ਆਪਣਾ ਭਰੋਸੇਯੋਗ ਚੈਨਲ, ਤੁਹਾਡੀ ਆਪਣੀ ਆਵਾਜ਼, ਪੰਜਾਬ ਦੀ ਆਵਾਜ਼ ਅਜੀਤ।